ਅਗਰ ਮੈਡੀਕਲ ਕਾਲਜ ਸਕੂਲ ਕਾਲਜ ਖੋਲੇ ਜਾਣਗੇ ਤਾਂ ਵਿਦਿਆਰਥੀ ਕੋਈ ਨਵੀਂ ਰਿਸਰਚ ਵੀ ਲਿਆ ਸਕਦੇ ਆ ਸਿਰਫ ਕਰੋਨਾ ਨਾਲ ਨਹੀਂ ਕਰੋਨਾ ਤੋਂ ਇਲਾਵਾ ਕਿੰਨੀਆਂ ਭਿਆਨਕ ਬਿਮਾਰੀਆਂ ਨੇ ਟੀਬੀ ਵਰਗੀਆਂ ਬਿਮਾਰੀਆਂ ਨੇ ਜਿਨ੍ਹਾਂ ਨਾਲ ਕਿੰਨੀਆਂ ਜ਼ਿਆਦਾ ਮੌਤਾਂ ਹੁੰਦੀਆਂ ਨੇ ਤੇ ਫਿਰ ਕੱਲੇ ਕਰੋਨਾ ਨੂੰ ਕਿਉਂ ਖੂਆ ਬਣਾਇਆ ਜਾ ਰਿਹਾ ਹੈ ਟੋਣ ਜਾਬਤਾ ਲੱਗਣ ਤੋਂ ਬਾਅਦ ਇਹ ਆਇਆ ਕਿ 15 ਤਰੀਕ ਤੱਕ ਕੋਈ ਰੈਲੀ ਨਹੀਂ ਕਰ ਸਕਦਾ ਪਰ ਅੰਦਰ ਖਾਤੇ ਹੋ ਰਹੀਆਂ ਨੇ ਸੱਤ ਦੇ ਵਿੱਚ ਨਹੀਂ ਕਰ ਰਹੇ ਗੁਰਦੁਆਰਾ ਸਾਹਿਬ 'ਚ ਨਹੀਂ ਕਰ ਰਹੇ ਪਰ ਕਾਰਜ ਕਰ ਰਹੇ ਨੇ ਸਾਣੂ ਸਿੱਖਿਆ ਨਾਲੋਂ ਤੋੜ ਕੇ ਆਪਦੀ ਸਿਆਸਤ ਜਿਹੜੀ ਇਹਨਾਂ ਨੇ ਸਾਡੇ ਤੇ ਚਾਰਨੀ ਇਸ ਕਰਕੇ ਜਿਹੜਾ ਹੈਗਾ ਸਕੂਲ ਕਾਲਜਾਂ ਨੂੰ ਬੰਦ ਕੀਤਾ ਜਾ ਰਿਹਾ ਕਲੀਆਂ ਗਲੀਆਂਆਂ ਜਾਂ ਨਾਲੀਆਂ ਬਣਾਉਣ ਦੇ ਨਾਲ ਵਿਕਾਸ ਨਹੀਂ ਹੁੰਦਾ ਹੈਗਾ ਜਦੋਂ ਤੱਕ ਤੁਸੀਂ ਆਪਦੀ ਪੀੜ੍ਹੀ ਨੂੰ ਜਿਹੜਾ ਸਾਡਾ ਪੂਆਖਾ ਉਹ ਪੂਆਖੇ ਤੁਸੀਂ ਘੱਟੇ ਰੋਲ ਰਹੇ ਹੋ ਆਨਲਾਈਨ ਸਟੱਡੀ ਦੇ ਨਾਮ ਤੇ ਫੋਨ ਤੇ ਪੜ੍ਹਦੇ ਕਿ ਨਹੀਂ ਇਹ ਤਾਂ ਨਹੀਂ ਪਤਾ ਲੱਗਿਆ ਅੱਜ ਤੱਕ ਇੱਕ ਕਮਰੇ ਦੇ ਖੁੰਝੇ ਚ ਬਹਿ ਕੇ ਉਸ ਮਾਇ ਨਾਲ ਜੁੜ ਨਹੀਂ ਸਕਦੇ ਹੈਗੇ ਸਿੱਖਿਆ ਦੇ ਬਾਰੇ ਵਿੱਚ ਜੋ ਸਰਕਾਰ ਵੱਡੇ ਵੱਡੇ ਬੋਲ ਲਾ ਰਹੀ ਕਿ ਅਸੀਂ ਫੀਸਾਂ ਮਾਫ਼ ਕਰਦੇ ਹਾਂ ਅਸੀਂ ਆਹ ਕਰਤਾ ਅਸੀਂ ਪੁੱਛਣਾ ਚਾਹੁੰਦੇ ਹਾਂ ਸਰਕਾਰ ਨੂੰ ਕਿ ਜਿਹੜੀਆਂ ਸਕੂਲਾਂ ਦੇ ਵਿੱਚ ਫੀਸਾਂ ਲਈਆਂ ਜਾ ਰਹੀਆਂ ਉਹ ਫਿਰ ਕਿਉਂ ਲਈਆਂ ਜਾ ਰਹੀਆਂ ਨੇ ਇਹ ਇੱਕ ਬਹੁਤ ਵੱਡਾ ਸਵਾਲ ਹੈ ਕਿ ਕਹਿਣ ਨੂੰ ਸਰਕਾਰ ਹੋਰ ਆ ਪਰ ਜ਼ਮੀਨੀ ਪੱਧਰ ਤੇ ਹਕੀਕਤ ਉਸ ਦੀ ਕੁਝ ਹੋਰ ਆ ਆਉਦੇ ਚੋਣ ਪ੍ਰਚਾਰ ਲਈ ਉਹ ਕੁਝ ਵੀ ਕਰ ਸਕਦੇ ਉਹਨਾਂ ਨੂੰ ਆਪਦੀ ਸਿਆਸਤ ਤਾਂ ਹੀ ਮਤਲਬ ਆ ਲੋਕਾਂ ਦੀ ਫਿਕਰਮੰਦੀ ਨਹੀਂ ਹੈ ਉਹਨਾਂ ਨੂੰ ਅਗਰ 15 ਜਨਵਰੀ ਤੋਂ ਬਾਅਦ ਸਕੂਲ ਕਾਲਜ ਨਹੀਂ ਖੋਲੇ ਜਾਂਦੇ ਤਾਂ 18 ਜਨਵਰੀ ਨੂੰ ਵੱਡੀ ਪੱਧਰ ਤੇ ਐਸ.ਡੀ.ਐਮ ਦਫ਼ਤਰ ਤੱਕ ਰੋਸ ਮੁਜ਼ਾਹਰਾ ਕੀਤਾ ਜਾਏਗਾ ਬੱਚਿਆਂ ਨੂੰ ਵਿਦਿਆਰਥੀਆਂ ਨੂੰ ਅਸੀਂ ਪੋਇਆਖਾਖਦੇ ਆ ਪਰ ਸਾਡਾ ਪੋਇਆਖੀ ਹਨੇਰੇ ਚ ਧੱਕਿਆ ਜਾ ਰਿਹਾ ਆ ਡਾਕਟਰ ਆਨਲਾਈਨ ਸਟੱਡੀ ਨਾਲ ਨਹੀਂ ਬੰਦੇ ਹੈਗੇ ਇੰਜੀਨੀਅਰ ਆਨਲਾਈਨ ਸਟੱਡੀ ਨਾਲ ਨਹੀਂ ਬੰਦੇ ਹੈਗੇ ਨਵੀਂ ਸਿੱਖਿਆ ਨੀਤੀ ਸਾਡੇ ਤੋਂ ਤਾਂ ਸਿੱਖਿਆ ਖੋਣ ਦੀ ਗੱਲ ਹੀ ਕਰਦੀ ਆ ਸਾਨੂੰ ਸਿੱਖਿਆ ਦੇਣ ਦੀ ਗੱਲ ਤਾਂ ਕਰਦੀ ਨਹੀਂ ਸਰਕਾਰ ਇਹਸ ਕਰਕੇ ਸਾਨੂੰ ਡਿਗਰੀਆਂ ਵਾਲੇ ਅਣਪੜ ਬਣਾਉਣਾ ਚਾਹੁੰਦੀ ਆ ਤਾਂ ਕਿ ਅਸੀਂ ਸਰਕਾਰ ਦੇ ਖਿਲਾਫ ਬੋਲ ਨਾ ਜੇ ਸੀ ਪੜ੍ਹੇ ਲਿਖੇ ਆ ਜੇ ਅੱਜ ਅਸੀਂ ਸੋਚਣ ਵਾਲਿਆਂ ਕਾਲਜਾ ਤੱਕ ਪਹੁੰਚੇ ਆ ਤਾਂ ਅਸੀਂ ਸਰਕਾਰ ਨੂੰ ਸਵਾਲ ਕਰਨ ਵਾਲੇ ਆ ਜੇ ਪੜ੍ਹੇ ਲਿਖੇ ਸੀ ਤਾਂ ਖੇਤੀ ਕਾਨੂੰਨਾਂ ਨੂੰ ਸਮਝ ਕੇ ਉਹ ਦਿੱਲੀ ਮੋਰਚਾ ਲਾਇਆ ਤੇ ਫਤਿਹ ਵੀ ਕੀਤਾ कोरोना महामारी ਦੇ ਚੱਲਦਿਆਂ ਇੱਕ ਵਾਰ ਫਿਰ ਸਰਕਾਰ ਲਾਕਡਾਊਨ ਵਾਲ ਵਧ ਰਹੀ ਹੈ ਜਿਸ ਦਾ ਪਹਿਲਾ ਪੜਾਏ ਕਹਿ ਦਿੱਤਾ ਗਿਆ ਕਿ ਸਕੂਲ ਕਾਲਜ ਬੰਦ ਰੱਖੇ ਜਾਣ ਅਤੇ ਨਾਲ ਨਾਲ ਕੁਝ ਹੋਰ ਹਦਾਇਤਾਂ ਜਾਰੀ ਕੀਤੀਆਂ ਚਾਹੇ ਚੋਨਾ ਚੋਨਾ ਦੇ ਸਬੰਧ ਵਿੱਚ ਵੀ ਥੋੜੀਆਂ-ਬਹੁਤੀਆਂ ਹਦਾਇਤਾਂ ਚੋਨਾ ਨੂੰ ਲੈ ਕੇ ਵੀ ਚੋਣ ਕਮਿਸ਼ਨ ਨੇ ਜਾਰੀ ਕੀਤੀਆਂ ਤਾਂ ਸਰਕਾਰ ਨੇ ਪਹਿਲਾਂ ਹੀ ਜਿਹੜਾ ਲੋਕਡਾਊਨ ਦੀ ਇੱਕ ਪਹਿਲ ਕਰ ਦਿੱਤੀ ਸੀ ਜਿਸ ਵਿੱਚ ਸਕੂਲ ਕਾਲਜ ਬੰਦ ਸਟੇਡੀਅਮ ਬੰਦ ਖੇਡਾਂ ਵਾਲਾ ਜਿਹੜਾ ਗਰਾਊਂਡ ਬੰਦ ਜੋ ਕਿ ਤੁਸੀਂ ਕੋਈ ਮਾਰਕੀਟ ਜਾਣਾ ਉਸ ਚੀਜ਼ ਤੇ ਵੀ ਪਾਬੰਦੀਆਂ ਲਗਾਤੀਆਂ ਸਕੂਲ ਕਾਲਜ ਬੰਦ ਹੋਣ ਤੇ ਪੰਜਾਬ ਸਟੂਡੈਂਟ ਯੂਨੀਅਨ ਵੱਲੋਂ ਇਤਰਾਜ਼ ਜਤਾਇਆ ਜਾ ਰਿਹਾ ਉਹ ਕੀ ਇਤਰਾਜ਼ ਹੈ ਉਹਨਾਂ ਨਾਲ ਗੱਲਬਾਤ ਕਰਾਂਗੇ ਸਾਡੇ ਨਾਲ ਕਮਲ ਨੇ ਜੋ ਪੰਜਾਬ ਸਟੂਡੈਂਟ ਯੂਨੀਅਨ ਦੇ ਮੋਗਾ ਜ਼ਿਲ੍ਹਾ ਦੇ ਕਮੇਟੀ ਮੈਂਬਰ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਕਮਲ ਸਵਾਗਤ ਹੈ ਤੁਹਾਨੂੰ ਸ਼ੁਕਰੀਆ ਜੀ ਕਮਲ ਕੀ ਇਤਰਾਜ਼ ਹੈ ਸਰਕਾਰ ਕਹਿੰਦੀ ਹੈ ਕਿ ਇਹ ਲਾਕਡਾਊਨ ਨਾ ਲਗਾ ਸਕੂਲ ਕਾਦਣਾ ਬੰਦ ਬੱਚਿਆਂ ਦੇ ਵਿੱਚ ਜਲਦੀ ਨਾ ਫੈਲੇਗਾ ਨੁਕਸਾਨ ਹੋਵੇਗਾ ਤੁਹਾਨੂੰ ਇਸ ਗੱਲ ਤੇ ਕੀ ਇਤਰਾਜ਼ ਹੈ ਦੇਖੋ ਜੀ ਪਹਿਲਾਂ ਤਾਂ ਸਾਨੂੰ ਇਹਦੇ ਬਾਰੇ ਕਰੋਨਾ ਨੂੰ ਅਗਰ ਵਿਗਿਆਨਕ ਨਜ਼ਰੀਏ ਨਾਲ ਸਮਝੀਏ ਤਾਂ ਕਰੋਨਾ ਦੀ ਹੁਣ ਤੱਕ ਜੋ ਸਟੱਡੀ ਆਈ ਹੈ ਪਹਿਲਾਂ ਜਦੋਂ ਕਰੋਨਾ ਆਇਆ ਤਾਂ ਉਹਦੇ ਬਾਰੇ ਵਿੱਚ ਇਹ ਸਟੱਡੀ ਰਿਸਰਚਡ ਹੋ ਆਉਂਦੀ ਹੈ ਕਿ ਕਰੋਨਾ ਜੋ ਹੈ ਉਹ ਬੰਦੇ ਤੋਂ ਬੰਦੇ ਨੂੰ ਹੁੰਦਾ ਸਾਡੇ ਬੋਲਣ ਨਾਲ ਖੰਘਣ ਨਾਲ ਜਾਂ ਛਿੱਕਣ ਦੇ ਨਾਲ ਜੋ ਥੁੱਕ ਦੇ ਕਣ ਨੇ ਸਾਡੇ ਬਾਹਰ ਆਉਂਦੇ ਨੇ ਡ੍ਰੋਪਲੈਟਸ ਰਾਈ ਜਿਹੜੇ ਹੈਗੇ ਆ ਉਹ ਇੱਕ ਬੰਦੇ ਤੋਂ ਅਗਰ ਦੂਜੇ ਬੰਦੇ 'ਚ ਚਲੇ ਜਾਂਦੇ ਆ ਕਰੋਨਾ ਦੇ ਮਰੀਜ਼ ਤੋਂ ਕਿਸੇ ਤੰਦਰੁਸਤ ਬੰਦੇ 'ਚ ਚਲੇ ਜਾਂਦੇ ਤਾਂ ਉਹ ਤੰਦਰੁਸਤ ਬੰਦਾ ਵੀ ਜਿਹੜਾ ਹੈਗਾ ਉਹ ਕਰੋਨਾ ਦਾ ਸ਼ਿਕਾਰ ਹੋ ਸਕਦਾ ਆ ਇਸ ਕਰਕੇ ਕਿਉਂਕਿ ਸਾਡੇ ਡ੍ਰੋਪਲੈਟਸ 2 ਮੀਟਰ ਦੇ ਘੇਰੇ 'ਚ ਡਿੱਗਦੇ ਨੇ 2 ਮੀਟਰ ਦੀ ਦੂਰੀ ਜ਼ਰੂਰੀ ਹੈ ਮਾਸਕ ਲਗਾ ਕੇ ਰੱਖਣਾ ਜ਼ਰੂਰੀ ਤਾਂ ਕਿ ਸਾਡੇ ਸਾਰਾ ਹੀ ਉਹ ਅੰਦਰ ਨਾ ਜਾਣ ਤੁਸੀਂ ਕਿਸੇ ਚੀਜ਼ ਨੂੰ ਹੱਥ ਨਾਲ ਜੇ ਲਗਾਉਨੇ ਆ ਤਾਂ ਤੁਹਾਡੇ ਹੱਥ ਵਾਰ-ਵਾਰ ਧੋਣੇ ਜ਼ਰੂਰੀ ਆ ਤਾਂ ਕਿ ਤੁਹਾਡੇ ਹੱਥਾਂ ਨੂੰ ਉਹ ਕੰਨ ਲੱਗ ਕੇ ਤੁਹਾਡੇ ਅੰਦਰ ਨਾ ਜਾਣ ਇਹ ਸਾਰੀਆਂ ਹਦਾਇਤਾਂ ਲੋਕਾਂ ਨੇ ਮੰਨੀਆਂ ਸੈਨੀਟਾਈਜ਼ਰ ਵੀ ਬਹੁਤ ਵੱਡੀ ਗਿਣਤੀ ਚ ਵਰਤੇ ਗਿਆ ਮਾਸਕ ਵੀ ਬਹੁਤ ਵੱਡੀ ਗਿਣਤੀ ਚ ਵਰਤੇ ਗਏ ਔਰ ਸਰਕਾਰ ਨੇ ਲੋਕਡਾਊਨ ਤੱਕ ਲਗਾਇਆ ਜੋ 1.5 ਸਾਲ ਤੱਕ ਲਗਭਗ ਚੱਲਿਆ ਔਰ ਲੋਕੀ ਘਰਾਂ ਚ ਤੱਕ ਬੰਦ ਰਹੇ ਆ ਪਰ ਇਸ ਤੋਂ ਬਾਅਦ ਦੂਜੀ ਸਟੱਡੀ ਆਉਂਦੀ ਆ ਕਿ ਕਰੋਨਾ ਜੋ ਹੈ ਉਹ ਬਾਏਅਰ ਟਰੈਵਲ ਕਰਦਾ ਤਾਂ ਐਸੇ ਦੇ ਵਿੱਚ ਜੋ ਕਰੋਨਾ ਦੀ ਸਟੱਡੀ ਆ ਉਹ ਵੀ ਸ਼ੱਕ ਦੇ ਘੇਰੇ ਚ ਆਉਂਦੀ ਆ ਕਿ ਪਹਿਲਾਂ ਜੋ ਸਟੱਡੀ ਲਿਆਂਦੀ ਗਈ ਜੋ ਰਿਸਰਚ ਲਿਆਂਦੀ ਗਈ ਕਿ ਉਹ ਸਿਰਫ ਸੈਨੀਟਾਈਜ਼ਰ ਤੇ ਮਾਸਕ ਵੇਚਣ ਲਈ ਸੀ ਲੋਕਾਂ ਨੂੰ ਘਰਾਂ 'ਚ ਬੰਦ ਕਰਨ ਲਈ ਸੀ ਵੱਡੀਆਂ ਕੰਪਨੀਆਂ ਨੂੰ ਫਾਇਦੇ ਪਹੁੰਚਾਉਣ ਦੇ ਲਈ ਸੀ ਕਿਉਂਕਿ ਮਾਸਕ ਤੇ ਸੈਨੀਟਾਈਜ਼ਰ ਘਰਾਂ 'ਚ ਤਾਂ ਬਣੇ ਨਹੀਂ ਹੈਗੇ ਨਾ ਕੋਈ ਪਿੰਡਾਂ ਦੇ ਵਿੱਚ ਆਮ ਛੋਟੀਆਂ ਮੋਟੀਆਂ ਕੰਪਨੀਆਂ ਨੇ ਇਹ ਤਾਂ ਵੱਡੀਆਂ ਕੰਪਨੀਆਂ ਕਾਰਪੋਰੇਟ ਘਰਾਣਿਆਂ ਦੇ ਪੱਖ 'ਚ ਭੁਗਤੀ ਹੁਣ ਜੋ ਦੂਜਾ ਵੀ ਫੈਕਟ ਲਿਆਂਦਾ ਗਿਆ ਦੂਜੀ ਸਟੱਡੀ ਲਿਆਂਦੀ ਗਈ ਉਹ ਵੀ ਸ਼ੱਕ ਦੇ ਘੇਰੇ ਚੋਂਦੀ ਕਿ ਕੀ ਇਹ ਵੈਕਸੀਨ ਵੇਚਣ ਲਈ ਲਿਆਂਦੀ ਗਈ ਸਿਰਫ ਕਿਉਂਕਿ ਸ਼ੁਰੂ ਦੇ ਦਿਨਾਂ 'ਚ ਜਦੋਂ ਦੂਜੀ ਸਟੱਡੀ ਆਈ ਹੈ ਵੈਕਸੀਨ ਬਹੁਤ ਵੱਡੀ ਪੱਧਰ ਤੇ ਵਿਕੀ ਆ ਔਰ ਉਹਦੀ ਬਲੈਕ ਵੀ ਹੋਈ ਆ ਠੀਕ ਹੈ ਔਰ ਹੁਣ ਵੈਕਸੀਨ ਲੱਗਣ ਤੋਂ ਬਾਅਦ ਵੀ ਜੋ ਕਰੋਨਾ ਹੋ ਰਿਹਾ ਆ ਐਸੇ ਦੇ ਵਿੱਚ ਵੀ ਮਤਲਬ ਇਹ ਵੈਕਸੀਨ ਫੇਰ ਸ਼ੱਕ ਦੇ ਘੇਰੇ ਚ ਆਉਂਦੀ ਆ ਤਾਂ ਇੱਥੇ ਵੀ ਇੱਕ ਗੱਲ ਦੇਖਣੀ ਪੈਂਦੀ ਆ ਕਿ ਵੈਕਸੀਨ ਆਉਣ ਤੋਂ ਪਹਿਲਾਂ ਵੀ ਰਿਕਵਰੀ ਹੋ ਰਹੀ ਸੀ ਉਹ ਰਿਕਵਰੀ ਕਿੱਦਾਂ ਹੋ ਰਹੀ ਸੀ ਕਿਉਂਕਿ ਕਰੋਨਾ ਜੋ ਹੈ ਇਹਦੇ ਬਾਰੇ ਸਾਇੰਸ ਵੀ ਕਹਿੰਦੀ ਆ ਕਿ ਤੁਹਾਡੀ ਜਿਹੜੀ ਹਾਰਡ ਇਮਿਊਨਿਟੀ ਆ ਜਿਹੜੀ ਤੁਹਾਡੇ ਸਰੀਰ ਦੀ ਸਮਰੱਥਾ ਆ ਕਿਸੇ ਬਿਮਾਰੀ ਨਾਲ ਲੜਨ ਦੀ ਉਹਦੇ ਕਰਕੇ ਜਿਹੜੀ ਹੈਗੀ ਆ ਤੁਹਾਡੀ ਰਿਕਵਰੀ ਹੁੰਦੀ ਆ ਤਾਂ ਰਿਕਵਰੀ ਤਾਂ ਪਹਿਲਾਂ ਵੀ ਹੋ ਰਹੀ ਸੀਗੀ ਹੁਣ ਵੀ ਹੋ ਰਹੀ ਆ ਔਰ ਜਿਸ ਤਰੀਕੇ ਨਾਲ ਸਕੂਲ ਕਾਲਜ ਬੰਦ ਕੀਤੇ ਆ ਜਦੋਂ ਸਟੱਡੀ ਕਹਿੰਦੀ ਆ ਕਿ ਬਾਹਰ ਟਰੈਵਲ ਕਰਦਾ ਉਹ ਤਾਂ ਫਿਰ ਘਰਾਂ ਦੇ ਵਿੱਚ ਵੀ ਸਾਡੇ ਉਹੀ ਹਵਾ ਜਾਂਦੀ ਹੈ ਔਰ ਮਾਰਕੀਟਸ ਦੇ ਵਿੱਚ ਵੀ ਵਿਦਿਆਰਥੀ ਜਾਂਦੇ ਨੇ ਆ ਹੁਣ ਘਰਾਂ 'ਚ ਬੈਠੇ ਹੋਏ ਨੇ ਉੱਥੇ ਵੀ ਤਾਂ ਉਹੀ ਹਵਾ ਜਾਂਦੀ ਹੈ ਫਿਰ ਕੱਲੇ ਸਕੂਲਾਂ ਕਾਲਜਾਂ ਨੂੰ ਕਿਉਂ ਖਾ ਰਿਆ ਕਰੋਨਾ ਜਦੋਂ ਬਾਹਰ ਟ੍ਰੈਵਲ ਕਰਦਾ ਤੇ ਫਿਰ ਸਕੂਲ ਕਾਲਜ ਬੰਦ ਕਰਨ ਦਾ ਤਾਂ ਕੋਈ ਤਰੀਕਾ ਹੀ ਨਹੀਂ ਹੈ ਸਰਕਾਰ ਆਪਦੇ ਸਿਹਤ ਪ੍ਰਬੰਧਾਂ 'ਤੇ ਧਿਆਨ ਦੇਵੇ ਸੰਤੁਲਿਤ ਖੁਰਾਕ ਚਾਹੀਦੀ ਹਰ ਇਮਿਊਨਿਟੀ ਦੇ ਲਈ ਪਰ ਸਾਡਾ ਇੱਥੋਂ ਦਾ ਵਾਤਾਵਰਣ ਇੰਨਾ ਗੰਦਲਾ ਕੀਤਾ ਜਾ ਚੁੱਕਿਆ ਆ ਅਸੀਂ ਜਿਹੜੀ ਵੀ ਚੀਜ਼ ਖਾਂਦੇ ਆ ਜਿੰਨੀ ਵੀ ਸਾਡੀ ਖੁਰਾਕ ਆ ਉਹ ਸਾਰੀ ਦੀ ਸਾਰੀ ਰੇਹਾਂ ਸਪਰਿਆਂ ਨਾਲ ਭਰੀ ਹੋਈ ਆ ਸਾਡੀ ਕਣਕ ਸਾਡਾ ਝੋਨਾ ਸਾਡੀ ਜਿੰਨੀ ਵੀ ਫਸਲਾ ਸਾਰੀ ਰੇਹਾਂ ਸਪਰਿਆਂ ਨਾਲ ਪੈਦਾ ਹੁੰਦੀ ਆ ਤਾਂ ਐਸ ਵਿੱਚ ਸਾਡੀ ਹਰ ਇਮਿਊਨਿਟੀ ਆਊਗੀ ਕਿੱਥੋਂ ਸਰਕਾਰ ਨੂੰ ਚਾਹੀਦਾ ਕਿ ਖੇਤੀ ਮਾਡਲ ਦਾ ਬਦਲ ਲੈ ਕੇ ਆਵੇ ਤਾਂ ਜੋ ਜਿਹੜਾ ਹੈਗਾ ਆ ਇਹ ਰੇਹਾਂ ਸਪਰਿਆਂ ਤੋਂ ਮੁਕਤ ਜਿਹੜਾ ਹੈਗਾ ਆ ਸਾਨੂੰ ਅਨਾਜ ਮਿਲੇ ਸਾਡੀ ਜਿਹੜੀ ਹਾਰਡ ਇਮਿਊਨਿਟੀ ਆ ਉਹ ਸਟਰੋਂਗ ਹੋਵੇ ਤਾਂ ਜੋ ਅਸੀਂ ਹਰੇਕ ਬਿਮਾਰੀ ਨਾਲ ਲੜ ਸਕੀਏ ਸਿਰਫ ਕਰੋਨਾ ਨਾਲ ਨਹੀਂ ਕਰੋਨਾ ਤੋਂ ਇਲਾਵਾ ਕਿੰਨੀਆਂ ਭਿਆਨਕ ਬਿਮਾਰੀਆਂ ਨੇ ਟੀਬੀ ਵਰਗੀਆਂ ਬਿਮਾਰੀਆਂ ਨੇ ਜਿਨ੍ਹਾਂ ਨਾਲ ਕਿੰਨੀਆਂ ਜ਼ਿਆਦਾ ਮੌਤਾਂ ਹੁੰਦੀਆਂ ਨੇ ਹਰ ਸਾਲ ਹੁੰਦੀਆਂ ਨੇ ਦੁਨੀਆ ਭਰ ਚ ਲੱਖਾਂ ਮੌਤਾਂ ਹੁੰਦੀਆਂ ਨੇ ਤੇ ਫਿਰ ਕੱਲੇ ਕਰੋਨਾ ਨੂੰ ਕਿਉਂ ਖੂਆ ਬਣਾਇਆ ਜਾ ਰਿਹਾ ਹੈਗਾ ਆ ਸਰਕਾਰ ਖੇਤੀ ਦਾ ਮਾਡਲ ਦੇਵੇ ਔਰ ਦੂਜਾ ਸਿਹਤ ਪ੍ਰਬੰਧਾ ਵੱਲ ਜ਼ਰੂਰ ਧਿਆਨ ਦੇਵੇ ਸਿਹਤ ਪ੍ਰਬੰਧਾ ਦੀ ਹਾਲਤ ਇਹ ਆ ਕਿ ਡਾਕਟਰ ਭਰਤੀ ਨਹੀਂ ਕੀਤੇ ਜਾ ਰਹੇ ਨਵੇਂ ਸਾਡੇ ਮੋਗੇ ਦੇ ਸਿਵਲ ਹਸਪਤਾਲ ਦੀ ਇਹ ਹਾਲਤਾ ਕਿ ਉੱਥੇ ਜਦੋਂ 4 ਵੈਂਟੀਲੇਟਰ ਆਏ ਜਦੋਂ ਕੋਰੋਨਾ ਦਾ ਬਹੁਤ ਸਿਖਰਾਂ ਤੇ ਸੀ ਤਾਂ ਦੋ ਵੈਂਟੀਲੇਟਰ ਡਾਕਟਰਾਂ ਨੇ ਇਹ ਕਿਹਾ ਕਿ ਮੋੜ ਤੱਕ ਇੱਥੇ ਸਟਾਫ ਨਹੀਂ ਪੂਰਾ ਹੈ ਸਰਕਾਰ ਨੇ ਵੈਂਟੀਲੇਟਰ ਮੋੜ ਲੇ ਚਾਹੀਦਾ ਤਾਂ ਇਹ ਸੀ ਕਿ ਸਟਾਫ ਪੂਰਾ ਕੀਤਾ ਜਾਂਦਾ ਭਰਤੀ ਕੀਤੇ ਜਾਂਦੇ ਡਾਕਟਰ ਅਗਰ ਉੱਥੇ ਕਮੀ ਸੀ ਸਟਾਫ ਦੀ ਪਰ ਉਹ ਵੈਂਟੀਲੇਟਰ ਵਾਪਸ ਲੈ ਲੇ ਗਏ ਔਰ ਇੱਕ ਵੈਂਟੀਲੇਟਰ ਫਿਰ ਲੇਟਰ ਜੋ ਹੈ ਉਹ ਫੇਰ ਫਰੀਦਕੋਟ ਮੈਡੀਕਲ ਭੇਜ ਦਿੱਤਾ ਗਿਆ ਹੁਣ ਇੱਕੋ ਵੈਂਟੀਲੇਟਰ ਆ ਔਰ 157 ਪਿੰਡਾ ਵਾਲਾ ਜਿਹੜਾ ਮੋਗਾ ਵਾ ਉਹ ਇੱਕੋ ਵੈਂਟੀਲੇਟਰ ਦੇ ਸਾਰੇ ਖੜਾ ਆ ਤਾਂ ਐਸੇ ਦੇ ਵਿੱਚ ਆਪਦੇ ਸਿਹਤ ਪ੍ਰਬੰਧਾਂ 'ਤੇ ਧਿਆਨ ਦੇਣ ਦੀ ਬਜਾਏ ਸਰਕਾਰ ਸਕੂਲਾਂ ਕਾਲਜਾਂ ਨੂੰ ਬੰਦ ਕਰ ਰਹੀ ਆ ਜਿਹੜੇ ਸਕੂਲਾਂ ਕਾਲਜਾਂ ਦੇ ਵਿੱਚ ਸਾਡੇ ਦੇਸ਼ ਦਾ ਭਵਿੱਖ ਪਲਦਾ ਆ ਬੱਚਿਆਂ ਨੂੰ ਵਿਦਿਆਰਥੀਆਂ ਨੂੰ ਅਸੀਂ ਪੋਇਖਾ ਖਾਖਦੇ ਆ ਪਰ ਸਾਡਾ ਪੋਇਖਾ ਹੀ ਹਨੇਰੇ 'ਚ ਧੱਕਿਆ ਜਾ ਰਿਹਾ ਆ ਅਸੀਂ ਚਾਹੁੰਦੇ ਆ ਕਿ ਸਰਕਾਰ ਆਪਦੇ ਇਸ ਫੈਸਲੇ ਤੇ ਗੌਰ ਕਰੇ ਅਗਰ ਮੈਡੀਕਲ ਕਾਲਜ ਸਕੂਲ ਕਾਲਜ ਖੋਲੇ ਜਾਣਗੇ ਤਾਂ ਵਿਦਿਆਰਥੀ ਕੋਈ ਨਵੀਂ ਰਿਸਰਚ ਵੀ ਲਿਆ ਸਕਦੇ ਆ ਜਿਹੜਾ ਮਤਲਬ ਵੈਕਸੀਨ ਕੰਮ ਨਹੀਂ ਕਰ ਰਹੀ ਤਾਂ ਉਹ ਕੋਈ ਨਵੀਂ ਚੀਜ਼ ਵੀ ਲਿਆ ਸਕਦੇ ਆ ਇਹਦੇ ਵਾਸਤੇ ਜ਼ਰੂਰੀ ਆ ਕਿ ਰਿਸਰਚ ਸੈਂਟਰ ਖੋਲੇ ਜਾਣ ਡਾਕਟਰ ਆਨਲਾਈਨ ਸਟੱਡੀ ਨਾਲ ਨਹੀਂ ਬੰਦੇ ਹੈਗੇ ਇੰਜੀਨੀਅਰ ਆਨਲਾਈਨ ਸਟੱਡੀ ਨਾਲ ਨਹੀਂ ਬੰਦੇ ਹੈਗੇ ਤੇ ਆਨਲਾਈਨ ਸਟੱਡੀ ਜਿਹੜੀ ਹੈਗੀ ਇਹ ਸਿੱਖਿਆ ਸ਼ਾਸਤਰੀ ਵੀ ਮੰਨਦੇ ਆ ਕਿ ਕਾਰਗਰ ਸਾਬਤ ਨਹੀਂ ਹੈਗੀ ਉਹ ਕਦੇ ਵੀ ਬਲੈਕਬੋਰਡ ਦਾ ਬਦਲ ਨਹੀਂ ਹੋ ਸਕਦੀ ਨਹੀਂ ਉਠਾ ਤੁਹਾਨੂੰ ਕੀ ਲੱਗਦਾ ਫਿਰ ਜਿਹੜਾ ਸਟੱਡੀ ਤੇ ਇਹ ਜਿਹੜਾ ਕਿਹਾ ਜਾਣਾ ਕਿ ਸਟੱਡੀ ਤੇ ਸਿਰਫ ਰੋਕ ਲਗਾਈ ਜਾਣੀ ਸਕੂਲ ਕਾਲ ਦੀ ਬੰਦ ਕੀਤੇ ਜਾਣੇ ਬਾਕੀ ਚੀਜ਼ਾਂ ਜਿਵੇਂ ਖੁੱਲੀਆਂ ਉਹਨਾਂ ਤੇ ਪਾਬੰਦੀ ਨਾ ਲਗਾਈ ਜਾਣੀ ਕੀ ਲੱਗਦਾ ਸਰਕਾਰ ਦੀ ਕੀ ਮਨਸ਼ਾ ਹੈ ਕੀ ਇਚਾਲ ਹੈ ਇਹਦੇ ਪਿੱਛੇ ਦੇਖੋ ਜੀ ਇਹਦੇ ਪਿੱਛੇ ਇੱਕੋ ਹੀ ਚਾਲ ਆ ਸਰਕਾਰ ਦਾ ਸਾਨੂੰ ਕਿਰਦਾਰ ਬਿਲਕੁਲ ਸਾਫ਼ ਆ ਸਾਡੀ ਕੇਂਦਰ ਸਰਕਾਰ ਦਾ ਵੀ ਚੰਨੀ ਸਰਕਾਰ ਦਾ ਵੀ ਕਿ ਇਹ ਜੋ ਹੈ ਇਹ ਕਾਰਪੋਰੇਟ ਪੱਖੀ ਤੇ ਲੋਕ ਵਿਰੋਧੀ ਹੈ ਕਿਉਂਕਿ ਇਹਨਾਂ ਦੀਆਂ ਨੀਤੀਆਂ ਜਿਹੜੀਆਂ ਲੋਕਡਾਊਨ ਤੇ ਪਿਛਲੀ ਵਾਰ ਲੈ ਕੇ ਆਈ ਹੈ ਕੇਂਦਰ ਸਰਕਾਰ ਸਾਰੀਆਂ ਨਾ ਸਾਰੀਆਂ ਉਹ ਕਾਰਪੋਰੇਟ ਪੱਖੀ ਸਿੱਧੂਆਂ ਨਹੀਂ ਚਾਹੇ ਉਹ ਕਿਰਤਕੋੜ ਹੋਣ ਚਾਹੇ ਉਹ ਖੇਤੀ ਕਾਨੂੰਨ ਹੋਣ ਚਾਹੇ ਉਹ ਨਵੀਂ ਸਿੱਖਿਆ ਨੀਤੀ ਹੋਵੇ ਨਵੀਂ ਸਿੱਖਿਆ ਨੀਤੀ ਸਾਡੇ ਤੋਂ ਤਾਂ ਸਿੱਖਿਆ ਖੋਣ ਦੀ ਗੱਲ ਹੀ ਕਰਦੀ ਹੈ ਸਾਨੂੰ ਸਿੱਖਿਆ ਦੇਣ ਦੀ ਗੱਲ ਤਾਂ ਕਰਦੀ ਨਹੀਂ ਹੈ ਠੀਕ ਹੈ ਔਰ ਰਹੀ ਗੱਲ ਕਿ ਸਿੱਖਿਆ ਤੇ ਇਹਦਾ ਕੀ ਪ੍ਰਭਾਵ ਪੈਣਾ ਜੇ ਅਸੀਂ ਪੜ੍ਹੇ ਲਿਖੇ ਆ ਜੇ ਅੱਜ ਅਸੀਂ ਸੋਚਣ ਵਾਲਿਆਂ ਕਾਲਜਾ ਤੱਕ ਪਹੁੰਚੇ ਆ ਤਾਂ ਅਸੀਂ ਸਰਕਾਰ ਨੂੰ ਸਵਾਲ ਕਰਨ ਵਾਲੇ ਆ ਪਰ ਜੇ ਅਸੀਂ ਪੜ੍ਹੇ ਲਿਖੇ ਹੀ ਨਹੀਂ ਹੋਵਾਂਗੇ ਸਾਡੀ ਸਿੱਖਿਆ ਇਹ ਜਿਹੜੀ ਸਾਨੂੰ ਸਹੀ ਤੇ ਗਲਤ ਦਾ ਫਰਕ ਦੱਸਦੀ ਆ ਜੇ ਸਾਡੀ ਸਿੱਖਿਆ ਹੀ ਨਹੀਂ ਰਹੂਗੀ ਅਸੀਂ ਕਿੱਥੋਂ ਗਲਤ ਖਿਲਾਫ ਬੋਲਾਂਗੇ ਜੇ ਪੜ੍ਹੇ ਲਿਖੇ ਸੀ ਤਾਂ ਖੇਤੀ ਕਾਨੂੰਨਾਂ ਨੂੰ ਸਮਝ ਕੇ ਉਹ ਦਿੱਲੀ ਮੋਰਚਾ ਲਾਇਆ ਤੇ ਫਤਿਹ ਵੀ ਕੀਤਾ ਸਰਕਾਰ ਝੁਕੀ ਹੋਈ ਆ ਪਰ ਜੇ ਪੜ੍ਹੇ ਲਿਖੇ ਨਹੀਂ ਹੋਵਾਂਗੇ ਤਾਂ ਸਰਕਾਰ ਦੀਆਂ ਨੀਤੀਆਂ ਖਿਲਾਫ ਕਿੱਥੋਂ ਬੋਲਾਂਗੇ ਸਰਕਾਰ ਇਹਸ ਕਰਕੇ ਸਾਨੂੰ ਡਿਗਰੀਆਂ ਵਾਲੇ ਅਣਪੜ੍ਹ ਬਣਾਉਣਾ ਚਾਹੁੰਦੀ ਆ ਤਾਂ ਕਿ ਅਸੀਂ ਸਰਕਾਰ ਦੇ ਖਿਲਾਫ ਬੋਲ ਹੀ ਨਾ ਪਾਈਏ ਆਨਲਾਈਨ ਪੜ੍ਹਾਈ ਦੇ ਕੀ ਕੀ ਇਫੈਕਟ ਪਿਆ ਤੁਸੀਂ ਸਟੂਡੈਂਟ ਜਥੇਬੰਦੀ ਨੂੰ ਬਿਲਾਉਂ ਕਰਦੇ ਹੋ ਤੁਸੀਂ ਮਿਲਦੇ ਹੋਵੋਗੇ ਸਕੂਲਾਂ ਦੇ ਵਿੱਚ ਤੇ ਕਾਲਜਾਂ ਦੇ ਵਿੱਚ ਕੀ ਕੀ ਇਫੈਕਟ ਜਿਹੜੇ ਪਏ ਜਿਹੜੇ ਬੱਚੇ ਸਿੱਧਾ ਪੜ੍ਹਦੇ ਸੀ ਪਹਿਲਾਂ ਸਕੂਲਾਂ ਕਾਲਜਾਂ ਜਾ ਕੇ ਪੜ੍ਹਦੇ ਸੀ ਆਨਲਾਈਨ ਚ ਕਿੰਨਾ ਕੀ ਫਰਕ ਪਿਆ ਹੁਣ ਉਹਨਾਂ ਤੇ ਆਨਲਾਈਨ ਸਟੱਡੀ ਦੇ ਵਿੱਚ ਸਾਰੇ ਆਪ ਆਪਣੇ ਵੀ ਘਰਾਂ ਦੇ ਵਿੱਚ ਜਿੰਨੇ ਵਿਦਿਆਰਥੀ ਨੇ ਸਾਰੇ ਦੇਖਦੇ ਆ ਕਾਲਜ ਵਾਲੇ ਵਿਦਿਆਰਥੀ ਤਾਂ ਇੱਕ ਹੱਦ ਤੱਕ ਫਿਰ ਵੀ ਸਮਝ ਰੱਖਦੇ ਨੇ ਪਰ ਜਿਹੜੇ ਸਕੂਲਾਂ ਵਾਲੇ ਬੱਚੇ ਨੇ ਜਿਨ੍ਹਾਂ ਨੂੰ ਸਹੀ ਤੇ ਗਲਤ ਦਾ ਬਿਲਕੁਲ ਵੀ ਨਹੀਂ ਫਰਕ ਪਤਾ ਹੈਗਾ ਆ ਉਹ ਆਨਲਾਈਨ ਸਟੱਡੀ ਦੇ ਨਾਮ ਤੇ ਫੋਨ ਤੇ ਪੜ੍ਹਦੇ ਕਿ ਨਹੀਂ ਇਹ ਤਾਂ ਨਹੀਂ ਪਤਾ ਲੱਗਿਆ ਅਜੇ ਤੱਕ ਕਿਉਂਕਿ ਉਹਨਾਂ ਦੀ ਨੈਤਿਕਤਾ ਦੇ ਵਿੱਚ ਗਰਾਵਟ ਜ਼ਰੂਰ ਆਈ ਆ ਉਹਨਾਂ ਦੇ ਨੈਤਿਕਤਾ ਦਾ ਪੱਧਰ ਉੱਚਾ ਨਹੀਂ ਚੱਕਿਆ ਗਿਆ ਜਿਹੜੇ ਪਹਿਲਾਂ ਉਹ ਕਾਲਜ ਦੇ ਸਕੂਲ ਦੇ ਵਿੱਚ ਜਾਂਦੇ ਸੀ ਅਧਿਆਪਕ ਦਾ ਸਨਮਾਨ ਕਰਨਾ ਵੱਡਿਆਂ ਦਾ ਸਤਿਕਾਰ ਕਰਨਾ ਹੋਰ ਵੀ ਸਮਾਜਿਕ ਜਿਹੜੀਆਂ ਕਿੰਨਾ ਕੀਮਤਾਂ ਉਥੋਂ ਉਹਨਾਂ ਨੂੰ ਉਹ ਉਹਨਾਂ ਨੂੰ ਸਿੱਖਣ ਨੂੰ ਮਿਲਦੀਆਂ ਸੀ ਇੱਕ ਕਮਰੇ ਦੇ ਖੂंजे 'ਚ ਬਹਿ ਕੇ ਉਸ ਮਾਇ ਨਾਲ ਜੁੜ ਨਹੀਂ ਸਕਦੇ ਹੈਗੇ ਚਾਹੇ ਜਿੰਨਾ ਮਰਜ਼ੀ ਉਹ ਸੋਸ਼ਲ ਮੀਡੀਆ ਚਲਾ ਲੈਣ ਸੋਸ਼ਲ ਮੀਡੀਆ ਦੇ ਨਾਲ ਸੋਸ਼ਲਿਸਟ ਨਹੀਂ ਬਣ ਜਾਂਦਾ ਜਿਹੜਾ ਬੱਚਾ ਆ ਉਹ ਇੱਕ ਫੋਨ ਤੇ ਗੇਮ ਤੇ ਜ਼ਰੂਰ ਖੇਡ ਸਕਦਾ ਪਰ ਉਸ ਮਾਇ ਨਾਲ ਉਹ ਬਿਲਕੁਲ ਟੁੱਟ ਜਾਂਦਾ ਹੈ ਔਰ ਆਨਲਾਈਨ ਸਟੱਡੀ ਦੇ ਹੋਰ ਨੁਕਸਾਨ ਅਗਰ ਦੇਖਿਆ ਨੇ ਨੈਤਿਕਤਾ 'ਚ ਗਰਾਵਟ ਆ ਆਰਥਿਕ ਲੁੱਟ ਵਧੀਆ ਮਾਪਿਆਂ ਦੀ ਕਿਉਂਕਿ ਇੱਕ ਪਾਸੇ ਉਹ ਸਕੂਲਾਂ ਦੀਆਂ ਫੀਸਾਂ ਭਰ ਰਹੇ ਨੇ ਦੂਜੇ ਪਾਸੇ ਮਹਿੰਗੇ ਫੋਨ ਲੈਣੇ ਪੈ ਰਹੇ ਆ ਮਹਿੰਗੇ ਨੈੱਟ ਪੈਕ ਪਵਾਉਣੇ ਪੈ ਰਹੇ ਆ ਠੀਕ ਐਸੇ ਦੇ ਵਿੱਚ ਜਿਹੜੀ ਹੈਗੀ ਆ ਮਾਪਿਆਂ ਦੀ ਜੇਬ ਤੇ ਵੀ ਦੁੱਗਣਾ ਬੋਝ ਵਧਿਆ ਪਰ ਬੱਚਿਆਂ ਦੇ ਵਿੱਚ ਨੈਤਿਕਤਾ ਦੀ ਗਰਾਵਟ ਆ ਉਹਨਾਂ ਦੀ ਸਮਝ ਦਾ ਪੱਧਰ ਜਿਹੜਾ ਉੱਪਰ ਵੱਲ ਨੂੰ ਜਾਣਾ ਸੀ ਉਹ ਹੇਠਾਂ ਵੱਲ ਨੂੰ ਗਿਆ ਸਰਕਾਰ ਨੇ ਜਦੋਂ ਨੋਟੀਫਿਕੇਸ਼ਨ ਜਾਰੀ ਕੀਤਾ ਸਕੂਲ ਬੰਦ ਕਰਨ ਦਾ ਸਟੇਡੀਅਮ ਬੰਦ ਕਰਨ ਦਾ ਉਦੋਂ ਪਰ ਉਹਦੇ ਵਿੱਚ ਰੈਲੀਆਂ ਦਾ ਜ਼ਿਕਰ ਨਹੀਂ ਆਇਆ ਕਿਤੇ ਵੀ ਉਹਨੂੰ ਕਿਵੇਂ ਦੇਖਦੇ ਹਾਂ ਵੀ ਉੱਥੇ ਇਕੱਠ ਤਾਂ ਵੱਡੇ ਪੱਧਰ ਦੇ ਵਿੱਚ ਹੁੰਦਾ ਸਕੂਲਾਂ ਕਾਲਜਾਂ ਤਾਂ ਫਿਰ ਵੀ ਜਿਹੜਾ ਡਿਸਟੈਂਸ ਵੀ ਮੇਨਟੇਨ ਹੋ ਸਕਦਾ ਸਭ ਕੁਝ ਹੋ ਸਕਦਾ ਬਿਲਕੁਲ ਜੀ ਸਕੂਲਾਂ ਦੇ ਵਿੱਚ ਅਸੀਂ ਇਨਸਟਰਕਸ਼ਨਸ ਫਾਲੋ ਕਰਦੇ ਹਾਂ ਜੋ ਵੀ ਸਾਨੂੰ ਦਿੱਤੀਆਂ ਜਾਂਦੀਆਂ ਨੇ ਸਕੂਲਾਂ ਕਾਲਜਾਂ ਦੇ ਵਿੱਚ 4 ਤਰੀਕ ਨੂੰ ਵਿਦਿਅਕ ਸੰਸਾਧਨਾ ਬੰਦ ਹੁੰਦੀਆਂ ਨੇ ਪਰ 5 ਤਰੀਕ ਨੂੰ ਮੋਦੀ ਸਾਹਿਬ ਸਾਡੇ ਇੱਥੇ ਰੈਲੀ ਕਰਨ ਆਉਂਦੇ ਨੇ ਚਲੋ ਉਮੀਦ ਹੈ ਕਾਰਨ ਜਾਂ ਲੋਕ ਨਹੀਂ ਆਏ ਜੋ ਵੀ ਕਾਰਨ ਰਹੀਂ ਪਰ ਜੇ ਇਹ ਕਾਰਨ ਸਾਰੇ ਨਾ ਬੰਦੇ ਲੋਕ ਵਿਰੋਧ ਨਾ ਕਰਦੇ ਜਾਂ ਫਿਰ ਉੱਥੇ ਲੋਕ ਆ ਜਾਂਦੇ ਜਾਂ ਮੀਂਹ ਕਾਰਨ ਨਾ ਪੈਂਦਾ ਉਹ ਰੈਲੀ ਹੋਣੀ ਸੀ 4 ਤਰੀਕ ਨੂੰ ਜਦੋਂ ਵਿਦਿਆਖ ਸੰਸਥਾਵਾਂ ਬੰਦ ਹੋਈਆਂ ਇੱਕ ਵੀ ਸਟੇਟਮੈਂਟ ਨਹੀਂ ਆਈ ਕਿ 5 ਤਰੀਕ ਵਾਲੀ ਰੈਲੀ ਰੱਦ ਕੀਤੀ ਜਾਊਗੀ ਉਹ ਤਾਂ ਕਾਰਨ ਬਣੇ ਇਹਸ ਕਰਕੇ ਰੱਦ ਹੋਈ ਉਸ ਤੋਂ ਬਾਅਦ ਵੀ ਸਾਰੀਆਂ ਸ਼ਿਆਸੀ ਪਾਰਟੀਆਂ ਰੈਲੀਆਂ ਕਰਦੀਆਂ ਨਹੀਂਆਂ ਜਦੋਂ ਤੱਕ ਚੋਣ ਜਾਬਤਾ ਨਹੀਂ ਲੱਗਿਆ ਚੋਣ ਜਾਬਤਾ ਲੱਗਣ ਤੋਂ ਬਾਅਦ ਇਹ ਆਇਆ ਕਿ 15 ਤਰੀਕ ਤੱਕ ਕੋਈ ਰੈਲੀ ਨਹੀਂ ਕਰ ਸਕਦਾ ਪਰ ਅੰਦਰ ਖਾਤੇ ਹੋ ਰਹੀਆਂ ਨੇ ਤੁਸੀਂ ਪਿੰਡਾਂ 'ਚ ਜਾ ਕੇ ਦੇਖੋ ਜਿਹੜੇ ਉਮੀਦਵਾਰ ਨੇ ਪਿੰਡਾਂ 'ਚ ਜਾ ਕੇ ਇਕੱਠ ਕਰ ਰਹੇ ਨੇ ਸਾਥ ਦੇ ਵਿੱਚ ਨਹੀਂ ਕਰ ਰਹੇ ਗੁਰਦੁਆਰਾ ਸਾਹਿਬ 'ਚ ਨਹੀਂ ਕਰ ਰਹੇ ਪਰ ਕਨਾਂ 'ਚ ਕਰ ਰਹੇ ਨੇ ਉੱਥੇ ਕੋਈ ਜਿਹੜੀ ਡਿਸਟੈਂਸ ਮੇਨਟੇਨ ਮੇਨਟੇਨ ਨਹੀਂ ਕੀਤਾ ਜਾ ਰਿਹਾ ਹੈਗਾ ਕੋਈ ਇਨਸਟਰਕਸ਼ਨਸ ਨਹੀਂ ਫਾਲੋ ਕੀਤੀਆਂ ਜਾ ਰਹੀਆਂ ਹੈਗੀਆਂ ਕੀ ਗੱਲ ਕਰੋਨਾ ਉੱਥੇ ਨਹੀਂ ਫੈਲਦਾ ਹੈ ਸਾਡੇ ਉਮੀਦਵਾਰਾਂ ਨੂੰ ਜਿਹੜੇ ਆਉਣ ਵਾਲੇ ਸਮੇਂ 'ਚ ਸਾਡੇ ਐਮਪੀ ਐਮਐਲਏ ਬਣਿਆ ਉਹਨਾਂ ਨੂੰ ਉੱਥੇ ਨਹੀਂ ਇਹ ਪਤਾ ਲੱਗਦਾ ਕਿ ਸਰਕਾਰ ਨੇ ਇਨਸਟਰਕਸ਼ਨਸ ਜਾਰੀ ਕੀਤੀਆਂ ਹੋਈਆਂ ਨਹੀਂ ਉੱਥੇ ਵੀ ਤਾਂ ਲੋਕ ਇਕੱਠੇ ਹੁੰਦੇ ਨੇ ਗੱਲ ਇਹ ਇਹ ਆ ਕਿ ਸਾਨੂੰ ਸਿੱਖਿਆ ਨਾਲੋਂ ਤੋੜਨਾ ਆ ਇਸ ਕਰਕੇ ਸਾਡੀ ਸਾਨੂੰ ਸਿੱਖਿਆ ਨਾਲੋਂ ਤੋੜ ਕੇ ਆਪਦੀ ਸਿਆਸਤ ਜਿਹੜੀ ਇਹਨਾਂ ਨੇ ਸਾਡੇ ਤੇ ਚਾਰਨੀ ਇਸ ਕਰਕੇ ਜਿਹੜਾ ਹੈਗਾ ਸਕੂਲ ਕਾਲਜਾਂ ਨੂੰ ਬੰਦ ਕੀਤਾ ਜਾ ਰਿਹਾ ਪਿੰਡਾਂ ਦੇ ਸਕੂਲਾਂ ਦੀ ਤੁਸੀਂ ਹਾਲਤ ਜਾ ਕੇ ਦੇਖ ਲਓ 3-3 ਫੁੱਟ ਨੀਵੇਂ ਹੋਏ ਪਏ ਨੇ ਉਹਨਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਕੱਲੀਆਂ ਗਲੀਆਂਆਂ ਜਾਂ ਨਾਲੀਆਂ ਬਣਾਉਣ ਦੇ ਨਾਲ ਵਿਕਾਸ ਨਹੀਂ ਹੁੰਦਾ ਹੈਗਾ ਜਦੋਂ ਤੱਕ ਤੁਸੀਂ ਆਪਦੀ ਪੀੜ੍ਹੀ ਨੂੰ ਜਿਹਨੂੰ ਤੁਸੀਂ ਪਨੀਰੀ ਸਮਝਦੇ ਹੋ ਅੱਜ ਕੇ ਆਉਣ ਵਾਲੇ ਉਹ ਜਿਹੜਾ ਸਾਡਾ ਭਵਿੱਖ ਆ ਉਹ ਭਵਿੱਖ ਹੀ ਤੁਸੀਂ ਘੱਟੇ ਰੋਲ ਰਹੇ ਹੋ ਸਕੂਲਾਂ ਨੂੰ ਰੰਗ ਕੀਤੇ ਪਰ ਡਬਲ ਕਰਕੇ ਵਿਦਿਆਰਥੀਆਂ ਤੋਂ ਫੀਸਾਂ ਇਕੱਠੀਆਂ ਕੀਤੀਆਂ ਜਾ ਰਹੀਆਂ ਨੇ ਐਸੇ ਦੇ ਵਿੱਚ ਸਿੱਖਿਆ ਦੇ ਬਾਰੇ ਵਿੱਚ ਜੋ ਸਰਕਾਰ ਵੱਡੇ ਵੱਡੇ ਬੋਲ ਲਾ ਰਹੀ ਕਿ ਅਸੀਂ ਫੀਸਾਂ ਮਾਫ਼ ਕਰਦੇ ਹਾਂ ਅਸੀਂ ਆਹ ਕਰਤਾ ਪੰਜਾਬ ਪਹਿਲੇ ਨੰਬਰ ਤੇ ਆ ਅਸੀਂ ਪੁੱਛਣਾ ਚਾਹੁੰਦੇ ਹਾਂ ਸਰਕਾਰ ਨੂੰ ਕਿ ਜਿਹੜੀਆਂ ਸਕੂਲਾਂ ਦੇ ਵਿੱਚ ਫੀਸਾਂ ਲਈਆਂ ਜਾ ਰਹੀਆਂ ਉਹ ਫਿਰ ਕਿਉਂ ਲਈਆਂ ਜਾ ਰਹੀਆਂ ਨੇ ਇਹ ਇੱਕ ਬਹੁਤ ਵੱਡਾ ਸਵਾਲ ਆ ਕਿ ਕਹਿਣ ਨੂੰ ਸਰਕਾਰ ਹੋਰ ਆ ਪਰ ਜ਼ਮੀਨੀ ਪੱਧਰ ਤੇ ਹਕੀਕਤ ਉਸ ਦੀ ਕੁਝ ਹੋਰ ਆ ਸਰਕਾਰ ਦੀ ਤੁਸੀਂ ਗੱਲ ਕੀਤੀ ਹੁਣ ਕਿਵੇਂ ਲੱਗਦਾ ਹੈ ਕਿ ਜਿਹੜਾ ਲੋਕਡਾਊਨ ਹੁਣ ਅੱਗੇ ਹੋ ਸਕਦਾ ਹੈ ਹੁਣ ਜਿਵੇਂ ਚੋਣਾਂ ਵੀ ਆ ਰਹੀਆਂ ਅੱਗੇ ਲੋਕਡਾਊਨ ਚੋਣਾਂ ਕਰਕੇ ਵੱਡਾ ਫੈਸਲਾ ਨਹੀਂ ਲਿਆ ਜਾ ਰਿਹਾ ਇਸਤੇ ਜਾਂ ਵੈਸੇ ਹੀ ਸਰਕਾਰ ਨੂੰ ਲੱਗਦਾ ਹੈ ਕਿ ਜਿੰਨਾ ਬਸ ਠੀਕ ਹੈ ਜਿੰਨੀਆਂ ਪਾਬੰਦੀਆਂ ਹੋ ਗਈਆਂ ਉਹਨੀਆਂ ਹੀ ਸਹੀ ਹੈ ਕਿ ਇਹ ਹੈ ਵੀ ਚੋਣਾਂ ਕਰਵਾ ਕੇ ਉਸ ਤੋਂ ਬਾਅਦ ਪੰਡੀਆਂ ਵੱਲ ਵਧ ਜਾਵੇਗੀ ਸਰਕਾਰ ਹੋਰ ਵੀ ਬਿਲਕੁਲ ਜੀ ਚੋਣਾਂ ਦੇ ਕਰਕੇ ਜ਼ਰੂਰ ਹੈ ਪਾਬੰਦੀਆਂ ਹਟਾਈਆਂ ਵੀ ਜਾ ਸਕਦੀਆਂ ਨੇ ਫਿਰ ਚੋਣ ਪ੍ਰਚਾਰ ਕਿੱਦਾਂ ਹੋਊਗਾ ਆਉਦੇ ਚੋਣ ਪ੍ਰਚਾਰ ਲਈ ਉਹ ਕੁਝ ਵੀ ਕਰ ਸਕਦੇ ਉਹਨਾਂ ਨੂੰ ਆਪਦੀ ਸਿਆਸਤ ਤਾਂ ਹੀ ਮਤਲਬ ਆ ਲੋਕਾਂ ਦੀ ਫਿਕਰਮੰਦੀ ਨਹੀਂ ਹੈ ਉਹਨਾਂ ਨੂੰ ਜੇ ਲੋਕਾਂ ਦੀ ਫਿਕਰਮੰਦੀ ਹੁੰਦੀ ਤੇ ਫਿਰ ਲੋਕਡਾਊਨ ਦੇ ਵਿੱਚ ਕਿੰਨੇ ਲੋਕ ਨੇ ਕਿੰਨੇ ਮਜ਼ਦੂਰ ਨੇ ਜਿਹੜੇ ਟਰੈਵਲ ਕਰਦੇ ਮਾਰੇ ਗਏ ਕਿੰਨੇ ਲੋਕ ਨੇ ਜਿਨ੍ਹਾਂ ਦੇ ਘਰੇ ਰਾਸ਼ਨ ਨਹੀਂ ਪਹੁੰਚਿਆ ਹੈਗਾ ਦਾ ਅੰਬਾਨੀਆਂ ਅੰਡਾਨੀਆਂ ਦੇ ਕਰਜ਼ਿਆਂ ਤੇ ਤਾਂ ਲੀਕਾਂ ਵੱਜੀਆਂ ਪਰ ਕਿੰਨੇ ਲੋਕ ਨੇ ਜਿਹੜੇ ਕਰਜ਼ੇ ਦੇ ਹੇਠ ਹੋਰ ਵੀ ਦਬੇ ਗਏ ਨੇ ਲੋਕਾਂ ਦੀ ਫਿਕਰ ਨਹੀਂ ਹੈ ਸਰਕਾਰ ਨੂੰ ਸਰਕਾਰ ਨੂੰ ਸਿਰਫ ਆਪਦੀ ਸਿਆਸਤ ਤਾਂ ਹੀ ਮਤਲਬ ਆ ਉਹਨਾਂ ਕਾਰਪੋਰੇਟ ਘਰਾਣਿਆਂ ਦੀ ਫਿਕਰ ਹੈ ਇਸ ਤੋਂ ਇਲਾਵਾ ਲੋਕਾਂ ਦੀ ਉਹਨਾਂ ਨੂੰ ਕੋਈ ਫਿਕਰ ਨਹੀਂ ਹੈ ਕੋਈ ਸਟੂਡ ਪੰਜਾਬ ਸਟੂਡੈਂਟ ਯੂਨੀਅਨ ਕੋਈ ਇਸਤੇ ਪ੍ਰੋਟੈਸਟ ਜਾਂ ਕੋਈ ਅਗਲਾ ਜਿਹੜਾ ਕੋਈ ਇਸ ਦੇ ਖਿਲਾਫ ਕੋਈ ਬਰੋਸ ਮਜ਼ਾਹਰਾ ਕਰਨ ਜਾ ਰਹੀ ਹੈ ਵੀ ਜਿਹੜੇ ਸਕੂਲ ਕਾਲਜ ਬੰਦ ਕੀਤੇ ਆ ਬਿਲਕੁਲ ਜੀ ਅਸੀਂ ਜਦੋਂ ਸਕੂਲ ਕਾਲਜ ਬੰਦ ਕੀਤੇ ਨੇ ਫੌਰੀ ਤੌਰ ਤੇ ਸਕੂਲਾਂ ਕਾਲਜਾਂ ਦੇ ਵਿੱਚ ਰੋਸ ਪ੍ਰਦਰਸ਼ਨ ਕੀਤੇ ਨੇ ਹੁਣ ਅਗਲੀ ਵਿਆਉਤ ਬੰਦੀ ਸਾਰੇ ਪੰਜਾਬ ਦੇ ਵਿੱਚ ਚੱਲ ਰਹੀ ਆ ਅੱਗੇ ਵੀ ਐਕਸ਼ਨ ਦਿੱਤੇ ਜਾਣਗੇ ਪਰ ਅਸੀਂ ਮੋਗੇ ਦੇ ਵਿੱਚ ਬਾਗੇਪੁਰਾਣੇ ਦੇ ਪਿੰਡਾਂ ਦੇ ਵਿੱਚ ਤਿਆਰੀ ਕਰ ਰਹੇ ਆ ਔਰ ਬਾਗੇਪੁਰਾਣੇ 18 ਜਨਵਰੀ ਨੂੰ ਅਗਰ 15 ਜਨਵਰੀ ਤੋਂ ਬਾਅਦ ਸਕੂਲ ਕਾਲਜ ਨਹੀਂ ਖੁੱਲੇ ਜਾਂਦੇ ਤਾਂ 18 ਜਨਵਰੀ ਨੂੰ ਵੱਡੀ ਪੱਧਰ ਤੇ ਐਸ.ਡੀ.ਐਮ ਦਫ਼ਤਰ ਤੱਕ ਰੋਸ ਮੁਜ਼ਾਹਰਾ ਕੀਤਾ ਜਾਏਗਾ ਅਸੀਂ ਲੋਕਾਂ ਨੂੰ ਵੀ ਅਪੀਲ ਕਰਦੇ ਆਂ ਵਿਦਿਆਰਥੀਆਂ ਤੇ ਮਾਪਿਆਂ ਨੂੰ ਅਪੀਲ ਕਰਦੇ ਆਂ ਕਿ ਉਸ ਰੋਸ ਮੁਜ਼ਾਰੇ 'ਚ ਜਰੂਰ ਪਹੁੰਚਣ ਕਿਉਂਕਿ ਇਹ ਸਾਡੇ ਭਵਿੱਖ ਦਾ ਸਵਾਲ ਆ ਸਾਡੀ ਪੜ੍ਹਾਈ ਦਾ ਸਵਾਲ ਆ ਡਾਕਟਰ ਸਾਹਿਬ ਅੰਬੇਦਕਰ ਸਾਹਿਬ ਕਹਿੰਦੇ ਨੇ ਕਿ ਵਿਦਿਆ ਸ਼ੇਰਨੀ ਦਾ ਦੁੱਧ ਆ ਜਿਹੜਾ ਪੀਊਗਾ ਉਹ ਦਿਹਾੜੂਗਾ ਵੀ ਸਾਡੇ ਤੋਂ ਸਾਡੀ ਦਿਹਾੜ ਸਾਡੇ ਸ਼ੇਰਨੀ ਦਾ ਦੁੱਧ ਖੋਇਆ ਜਾ ਰਿਹਾ ਆ ਅਸੀਂ ਉਹਨੂੰ ਬਚਾਉਣ ਲਈ ਜਰੂਰ ਲੜੀਏ ਜੇ ਸਿੱਖਿਅਤ ਹੋਵਾਂਗੇ ਤਾਂ ਹੀ ਸਹੀ ਤੇ ਗਲਤ ਦੀ ਪਛਾਣ ਕਰ ਪਾਵਾਂਗੇ ਬਹੁਤ ਬਹੁਤ ਧੰਨਵਾਦ ਕਮਲ ਸ਼ੁਕਰੀਆਈ ਤਾਂ ਗੱਲਬਾਤ ਕੀਤੀ ਪੰਜਾਬ ਸਟੂਡੈਂਟ ਯੂਨੀਅਨ ਦੇ ਆਗੂ ਨੇ ਕਮਲ ਤਾਂ ਉਹਨਾਂ ਦਾ ਕਹਿਣਾ ਕਿ ਸਕੂਲ ਕਾਲਜ ਬੰਦ ਕਰਨਾ ਸਰਕਾਰ ਦੀ ਇੱਕ ਗਲਤ ਨੀਤੀ ਹੈ ਕਰੋਨਾ ਜੇਕਰ ਉਹਨਾਂ ਨੇ ਇਹ ਵੀ ਯਾਰੀ ਕੀਤਾ ਕਿ ਪਹਿਲਾਂ ਕਰੋਨਾ ਲਈ ਕੁਝ ਹੋਰ ਪਾਲਸੀਆਂ ਸੀ ਇਸ ਵਾਰ ਕੁਝ ਹੋਰ ਆ ਗਈਆਂ ਨਵੇਂ ਤਰੀਕੇ ਨਾਲ ਗੱਲਾਂ ਸਰਕਾਰ ਕਰ ਰਹੀ ਹੈ ਪਰ ਜੇਕਰ ਕਰੋਨਾ ਹੁਣੇ ਕਿਹਾ ਜਾ ਰਿਹਾ ਕਿ ਹਵਾ ਰਾਹੀਂ ਫੈਲਦਾ ਤਾਂ ਫਿਰ ਸਕੂਲ ਕਾਲਜ ਬੰਦ ਕਰਨ ਨਾਲ ਤਾਂ ਕੋਈ ਫਾਇਦਾ ਨਹੀਂ ਹੋਣਾ ਸਕੂਲ ਕਾਲਜ ਖੋਲੇ ਜਾਣ ਜੇਕਰ ਰੈਲੀਆਂ ਖੁੱਲੀਆਂ ਹੋ ਸਕਦੀਆਂ ਜੇਕਰ ਬਾਕੀ ਕੰਮ ਖੁੱਲੇ ਹੋ ਸਕਦੇ ਆ ਤਾਂ ਸਕੂਲ ਕਾਲਜ ਕਿਉਂ ਬੰਦ ਕੀਤੇ ਜਾ ਰਹੇ ਨਾਲ ਹੀ ਉਹਨਾਂ ਨੇ ਕਿਹਾ ਕਿ ਆਨਲਾਈਨ ਪੜ੍ਹਾਈ ਬੱਚਿਆਂ ਦੇ ਵਿੱਚ ਨੈਤਿਕ ਪੱਧਰ ਦੀ ਗ੍ਰਾਫਟ ਲੈ ਕੇ ਆ ਰਹੀ ਹੈ ਤੇ ਬੱਚਿਆਂ ਨੂੰ ਉਸ ਦਾ ਫਾਇਦਾ ਵੀ ਕੁ ਵੱਡੇ ਵੱਡੇ ਜਿਹੜੇ ਮਾਹਰ ਆ ਉਹ ਵੀ ਇਹ ਗੱਲ ਕਹਿ ਚੁੱਕੇ ਆ ਕਿ ਆਨਲਾਈਨ ਪੜ੍ਹਾਈ ਬੱਚੇ ਦਾ ਪੂਰੇ ਤਰੀਕੇ ਨਾਲ ਵਿਕਾਸ ਨਹੀਂ ਕਰਦੀ ਜਿਸ ਕਰਕੇ ਜੋ ਬਲੈਕਬੋਰਡ ਤੇ ਪੜਾਇਆ ਜਾਣਾ ਉਹ ਆਨਲਾਈਨ ਨਹੀਂ ਪੜਾਇਆ ਜਾ ਸਕਦਾ ਤਾਂ ਸਕੂਲ ਕਾਲਜ ਖੋਲਣ ਦੀ ਅਪੀਲ ਕਰ ਰਿਹਾ ਪੰਜਾਬ ਸਟੂਡੈਂਟ ਯੂਨੀਅਨ ਰੋਸ ਨਜ਼ਾਰਾ ਵੀ ਕਰਨਗੇ ਜੇਕਰ ਸਕੂਲ ਕਾਲਜ ਨਾ ਖੁੱਲੇਗੇ ਕੈਮਰਾ ਪਰਸਨ ਹਿੰਮਤਾਇਟਲਾ ਦੇ ਨਾਲ ਮਨਿੰਦਰ ਜੀ ਸਿੱਧੂ ਲੋਕਵਾਇਟੀਵੀ